हाँ जी दोस्तों, जिस तरह तुसी जानते हो कि पंजाब दे विच बासमती किस्मां दे हेठ जिहड़ा दिनों दिन आ रकबा बहुत वध रहा हैगा। इस बार भी जिवें वड्डी गिणती दे विच किसानां ने बासमती दी काश्त कीती आ। सो बासमती काश्त करन वाले किसानां दे लई पूसा संस्थान ने जिहड़ी बहुत सोहनी वरायटी एक बासमती दी खोज कीती आ, पूसा बासमती 1847, जिहड़ी कि 1509 दी आपां सोध कह सकदे आ। तो अपने मुक्तसर साहब जिले के पिंड हरीके कलां ये नौजवान ने जिहड़ी वरायटी आ वह पूसा मेले तो लैके दो किलो बीज इन्होंने अपने खेतों में बीजा सी, तो उस तो अगे बीज तैयार कर रहे हैं। आओ आप बाई तो जानते हैं इस वरायटी बारे किदा इन्होंने इसकी सांभ संभाल की, किवें तैयार की वरायटी। बाई थोड़ा जहा संगदा जरूर सी पर फिर भी आप गलबात करने की कोशिश की है, आओ सुनते हैं सारी गलबात। अपना जी केड़ा पिंड है जी? मेरा नाम रछपाल सिंह जी, पिंड हरीके कलां। हाँ जी, जिला श्री मुक्तसर साहब। जिहड़ा असी तुसी देख रहे हो हत्थी कटाई कर रहे हो बासमती दी, इह किहड़ी वरायटी है जी, ते कित्थों तुहानूं बीज मिलिया, किन्नी जगह दे विच लाई हुई है? इह पूसा बासमती 1847 वरायटी है जी। हाँ जी, इह दिल्ली दे पूसा मेले तों लियांदी सीगी असी, 2 किलो बीज लै के आंदा सीगा जी, 2.5 किराना थां लग्गिया उहदे नाल इह। हाँ जी हाँ जी, ते वधिया लग्गी सानूं, 1509 दा बदल आई, इह सोध आई, ਕੋਈ ਨੈਕ ਬਲਾਸਟ ਵਗੈਰਾ ਕੋਈ ਹੋਰ ਰੋਗ ਬਿਮਾਰੀ ਨਹੀਂ ਆਉਂਦੀ, ਜਿਹਨੂੰ ਡਿੱਗਣ ਦੀ ਸ਼ਿਕਾਇਤ ਵੀ ਹੈਣੀ ਇਹਨੂੰ। ਅਤੇ ਇਹ ਵਰਾਇਟੀ ਦਾ ਤੁਹਾਨੂੰ ਪਤਾ ਕਿੱਥੋਂ ਲੱਗਿਆ ਵੀ ਇੰਨੀ ਦੂਰ ਗਏ ਤੁਸੀਂ 2 ਕਿਲੋ ਬੀਜ ਦੇ ਲਈ, ਕਿੰਨਾ ਬੀਜ ਮਿਲਿਆ ਸੀਗਾ, ਵਰਾਇਟੀ ਬਾਰੇ ਪਤਾ ਕਿੱਥੋਂ ਲੱਗਿਆ? ਇਹ ਵਰਾਇਟੀ ਦਾ ਬਸ ਇੱਦਾਂ ਹੀ ਇੰਟਰਨੈਟ ਤੋਂ ਪਤਾ ਲੱਗਿਆ ਜੀ। ਹਾਂਜੀ, ਆਮ ਤੌਰ 'ਤੇ ਕਿਸਾਨ ਹੁੰਦੇ ਆਪਣੇ ਵੀ ਜਿਹੜੀਆਂ ਵਰਾਇਟੀਆਂ ਆਮ ਚੱਲਦੀਆਂ 11, 21, 17, 18 ਉਹੀ ਬੀਜਦੇ ਆ, ਤੁਹਾਡਾ ਵੀ ਨਵੀਆਂ ਵਰਾਇਟੀਆਂ ਦੇ ਵਿੱਚ ਇੰਟਰਸਟ ਕਿਵੇਂ ਰਹਿੰਦਾ ਹੈਗਾ? ਇਹਨਾਂ ਚੀਜ਼ਾਂ 'ਚ ਬਹੁਤ ਇੰਟਰਸਟ ਆਈ ਮੇਰਾ। ਅੱਛਾ, ਨਵੀਆਂ ਚੀਜ਼ਾਂ ਹੁਣ ਜਿਵੇਂ ਕਣਕ ਦਾ ਬੀਜ ਵੀ ਅਸੀਂ 327-332 ਲੈ ਕੇ ਆਉਂਦਾ ਜੀ ਕਰਨਾਲ ਦੇ ਜੀ, ਉੱਥੋਂ ਬਸ ਇਹਨਾਂ ਚੀਜ਼ਾਂ ਬਾਰੇ ਪਤਾ ਲੱਗਦਾ ਅਤੇ ਉੱਥੇ ਲੈ ਆਈਦਾ ਜੀ। ਇਹ ਵਰਾਇਟੀ ਦੇ ਵਿੱਚ ਤੁਹਾਨੂੰ ਕੀ ਖਾਸੀਅਤ ਲੱਗਦੀ ਹੈ? ਖੇਤ ਅਸੀਂ ਦੇਖ ਰਹੇ ਹਾਂ ਜਿਹੜਾ ਰੰਗ ਬਹੁਤ ਸੋਹਣਾ ਹੈਗਾ ਝੋਨੇ ਦਾ, ਅਤੇ ਚੌਲ ਵੀ ਬਹੁਤ ਸੋਹਣਾ ਲੱਗ ਰਿਹਾ ਜਿੱਦਾਂ 11-21 ਦੇ ਚੌਲ ਹੁੰਦੇ ਆ। ਹੋਰ ਵਰਾਇਟੀਆਂ ਜਿਵੇਂ 17-18 ਜਾਂ ਵਰਾਇਟੀਆਂ ਆ ਰਹੀਆਂ ਨੇ, ਉਹਨਾਂ ਦੇ ਰੇਟ 11-21 ਨਾਲੋਂ ਘੱਟ ਜਿਹੜਾ ਬਾਜ਼ਾਰ ਦੇ ਵਿੱਚ ਮਿਲ ਰਿਹਾ ਕਿਸਾਨਾਂ ਨੂੰ, ਇਸ ਦੇ ਰੇਟ ਬਾਰੇ ਤੁਹਾਨੂੰ ਕੀ ਲੱਗਦਾ, ਸੇਮ ਰੇਟ ਹੋਊ ਜਾਂ ਵੱਧ ਘੱਟ ਹੋਊਗਾ? ਇਸ ਦਾ ਰੇਟ 1509-1692 ਨਾਲ ਉੱਚਾ ਰਹੂਗਾ ਜੀ। ਹਾਂਜੀ, ਹਜੇ ਬਾਕੀ ਵੇਖੋ ਮਾਰਕੀਟ 'ਚ ਆਈ ਨਹੀਂ, ਅੱਗੇ ਕੀ ਰਹਿੰਦਾ ਮਾਰਕੀਟ ਦੇ ਹਿਸਾਬ 'ਤੇ ਪਤਾ ਲੱਗੂਗਾ ਜੀ। ਕਿੰਨੇ ਦਿਨ ਲਏ ਨੇ ਪੱਕਣ ਵਾਸਤੇ, ਤੁਸੀਂ ਕਿੰਨੀ ਤਰੀਕ ਨੂੰ ਟਰਾਂਸਪਲਾਂਟ ਕੀਤਾ ਸੀਗਾ ਇਹ? ਅਸੀਂ 27 ਜੂਨ ਨੂੰ ਲਗਭਗ ਜੀ ਪਨੀਰੀ ਬੀਜੀ ਸੀਗੀ ਜੀ। ਹਾਂਜੀ, 25 ਕੁ ਦਿਨਾਂ ਦੀ ਅਸੀਂ ਲਗਾ ਦਿੱਤੀ ਸੀ ਖੇਤ ਦੇ ਵਿੱਚ, 125 ਕੁ ਦਿਨ ਦੇ ਕਰੀਬ ਲੈ ਜਾਂਦੀ ਹੈ ਜੀ। ਕਿੰਨੀ ਜਗ੍ਹਾ ਲੱਗ ਗਈ ਵੀਰੇ 2 ਕਿਲੋ ਬੀਜ ਦੇ ਨਾਲ? 2.5 ਕਨਾਲ ਦੇ ਕਰੀਬ ਲੱਗੇ। ਅੱਛਾ, ਅਤੇ ਝਾੜ ਦਾ ਤੁਹਾਨੂੰ ਕਿੰਨਾ ਕੁ ਅਨੁਮਾਨ ਹੈਗਾ ਵੀ ਕਿੰਨਾ ਕੁ ਝਾੜ ਆਜੂ ਇੱਥੋਂ? ਝਾੜ ਦੇਖੋ ਜੀ 6-7 ਕੁਇੰਟਲ ਦੇ ਕਰੀਬ ਤਾਂ ਚਾਹੀਦਾ ਜੀ। ਅੱਛਾ, 1 ਕੁਇੰਟਲ ਦੇ ਕਰੀਬ। ਇਸ ਦੀ ਫਿਰ ਮਾਰਕੀਟਿੰਗ ਕਿੱਦਾਂ ਕਰੋਗੇ, ਮੰਡੀ 'ਚ ਵੇਚਣਾ ਜਾਂ ਰੱਖੋਗੇ ਬੀਜ ਦਾ? ਮਾਰਕੀਟਿੰਗ ਇਹਨੂੰ ਬਣਾ ਕੇ ਤਿਆਰ ਕਰਕੇ ਘਰੇ ਰੱਖਾਂਗੇ। ਅੱਛਾ, ਅਗਲੇ ਸਾਲ ਫਿਰ ਲਾ ਰਹੇ ਹੋ ਵਰਾਇਟੀ ਵੱਧ ਦੇ ਰਹੀ? ਅਗਲੇ ਸਾਲ ਜ਼ਿਆਦਾ ਪੱਧਰ 'ਤੇ ਲਗਾ ਰਹੇ ਹਾਂ। ਕਿੰਨੇ ਏਕੜ ਦੇ ਵਿੱਚ ਲਾਓਗੇ ਫਿਰ ਇਹ ਵਰਾਇਟੀ? ਕਰੀਬ 10 ਏਕੜ ਦੇ ਕਰੀਬ। ਅੱਛਾ, ਜੇਕਰ ਆਪਾਂ ਸਪਰੇਆਂ ਦੀ ਗੱਲ ਕਰੀਏ ਤਾਂ ਬਾਕੀ ਵਰਾਇਟੀਆਂ ਦੇ ਮੁਕਾਬਲੇ ਇਸ ਨੂੰ ਬਿਮਾਰੀਆਂ ਕਿੰਨੀਆਂ ਕੁ ਘੱਟ ਆਈਆਂ ਜਾਂ ਕਿਹੜੀਆਂ ਕਿਹੜੀਆਂ ਸਪਰੇਆਂ ਤੁਸੀਂ ਇੱਥੇ ਕਰੀਆਂ ਹੈਗੀਆਂ? ਬਿਮਾਰੀਆਂ ਤਾਂ ਸਾਨੂੰ ਬਹੁਤ ਘੱਟ ਆਉਂਦੀਆਂ, ਨੈੱਕ ਬਲਾਸਟ ਵਾਲੀ ਦੇ ਉੱਪਰ ਸਪਰੇਅ ਕਰੀ ਨਹੀਂ ਜੀ, ਐਂਡ ਤੇ ਕਰੀ ਸੀਗੀ ਜਦੋਂ ਪਕਾ ਬਿਲਕੁਲ ਲੈ ਗਈ ਸੀਗੀ ਜੀ। ਅੱਛਾ, ਅਤੇ ਹੋਰ ਕੋਈ ਖਾਸ ਵਕਤ ਰੋਗ ਵਗੈਰਾ ਕੁਛ ਨਹੀਂ ਆਉਂਦਾ ਜੀ, ਹਰੀ ਖੜੀ ਗ੍ਰੀਨਰੀ ਬਹੁਤ ਆਈ। ਜਿਵੇਂ ਆਪਣੇ 11-21 ਅਤੇ 17-18 ਦੇ ਵਿੱਚ ਹੈ ਨਾ ਹਾਈਟ ਜ਼ਿਆਦਾ ਕਰ ਜਾਂਦੀ, ਉਹ ਡਿੱਗਣ ਦੀ ਸਮੱਸਿਆ ਕਾਫੀ ਆਉਂਦੀ ਆ, ਇਸ ਦੇ ਵਿੱਚ ਕਿਵੇਂ ਲੱਗਦਾ ਤੁਹਾਨੂੰ ਡਿੱਗਣ? ਨਹੀਂ ਆਉਂਦੀ, ਇਹਦਾ ਨਾੜ ਬਹੁਤ ਵਧੀਆ ਜੀ। ਬਹੁਤ ਮੋਟਾ। ਹਾਂਜੀ ਕਿਸਾਨ ਭਰਾਓ, ਜੇ ਤੁਸੀਂ ਵੀ ਇਹ ਵਰਾਇਟੀ ਆਪਣੇ ਖੇਤ ਦੇ ਵਿੱਚ ਲਗਾਈ ਆ ਜਾਂ ਤੁਹਾਡੇ ਨੇੜੇ ਵੀ ਵਰਾਇਟੀ ਲੱਗੀ ਹੋਈ ਆ ਤਾਂ ਆਪਣੇ ਜਿਹੜੇ ਰਿਜ਼ਲਟ ਨੇ ਜ਼ਰੂਰ ਦੱਸੋ ਕਿੱਦਾਂ ਤੁਹਾਨੂੰ ਇਹ ਵਰਾਇਟੀ ਲੱਗੀ। ਅਤੇ ਬਾਕੀ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਯੰਗ ਫਾਰਮਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।